ਸਭ ਤੋਂ ਤਾਕਤਵਰ ਪੱਥਰ ਜਿਹਦੇ ਉੱਤੇ ਰੇਲਾਂ ਚੱਲਦੀਆਂ, ਟਰਾਂਸਪੋਰਟ ਚੱਲਦੀ, ਗੱਡੀਆਂ ਚੱਲਦੀਆਂ, ਬੱਸਾਂ ਚੱਲਦੀਆਂ, ਉਹ ਤੋਂ ਤਾਕਤਵਰ ਲੋਹਾ ਜਿਹੜਾ ਉਸ ਪੱਥਰ ਨੂੰ ਕੱਟ ਦਿੰਦਾ, ਲੋਹੇ ਤੋਂ ਤਾਕਤਵਰ ਅੱਗ ਜਿਹੜੀ ਉਹਨੂੰ ਢਾਲ ਦਿੰਦੀ ਆ, ਅੱਗ ਤੋਂ ਤਾਕਤਵਰ ਪਾਣੀ ਜਿਹੜਾ ਉਹਨੂੰ ਬੁਝਾ ਦਿੰਦਾ, ਪਾਣੀ ਤੋਂ ਤਾਕਤਵਰ ਮਨੁੱਖ ਜਿਹੜਾ ਉਹਨੂੰ ਪੀ ਜਾਂਦਾ, ਮਨੁੱਖ ਤੋਂ ਤਾਕਤਵਰ ਮੌਤ ਜਿਹੜੀ ਉਹਨੂੰ ਵੀ ਖਾ ਜਾਂਦੀ ਹੈ, ਮੌਤ ਤੋਂ ਤਾਕਤਵਰ ਦਾਨ ਪੁੰਨ ਭਜਨ ਜਿਹੜਾ ਮੌਤ ਤੋਂ ਮੁਕਤੀ ਦਵਾ ਦਿੰਦਾ, ਦਾਨ ਭਜਨ ਪੁੰਨ ਤੋਂ ਤਾਕਤਵਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿਹੜੇ ਦਾਨ ਪੁੰਨ ਵੀ ਖਾ ਜਾਂਦੇ ਨੇ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੋਂ ਤਾਕਤਵਰ ਬਾਦਲ ਜਿਹੜਾ ਸਾਰੀ ਸ਼੍ਰੋਮਣੀ ਕਮੇਟੀ ਨੂੰ ਖਾ ਗਿਆ।